ਆ ਵੀ ਇੱਥੇ ਇਹਦੇ ਬਾਅਦ ਉਹਦਾ ਤੇ ਇਹ ਖੁੱਲਾ ਤੇ ਆ ਇੱਥੇ ਖੁੱਲਾ ਡਿਵਾਈਡਰ ਜਾ ਤੋੜ ਕੇ ਤੇ ਇੱਧਰ ਪੂਰੀ ਅੰਦਰ ਚਲੇ ਗਈ। ਚੱਲ ਬਸ ਸੋ ਹੈਲੋ ਗਾਈਸ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਵਧੀਆ ਹੈਗਾ। ਸੋ ਆਪਾਂ ਹੋਰ ਇੱਕ ਨਵੇਂ ਵਲੌਗ ਦੀ ਸ਼ੁਰੂਆਤ ਵਿੱਚ ਆ ਗਏ ਹਾਂ ਤੇ ਅੱਜ ਦਾ ਕੀ ਸੀਨ ਹੈਗਾ? ਅੱਜ ਲਗਭਗ ਘਰ ਹੈਗੇ ਹਾਂ ਕਿਉਂਕਿ ਕੱਲ੍ਹ ਨੂੰ ਆਪਾਂ ਜਾਣਾ ਪ੍ਰੋਗਰਾਮ ਤੇ ਅੱਜ ਵੈਸੇ ਵੀ ਰਾਮ ਰਾਮ ਹੈਗੀ ਆ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ। ਤੇ ਹੁਣੀ ਦੀਵਾਲੀ ਆਪਣੇ ਕੱਲ੍ਹ ਵੀ ਨਿਕਲ ਕੇ ਗਈ ਆ, ਬਟ ਬਹੁਤ ਵਧੀਆ ਰਿਹਾ ਦੀਵਾਲੀ ਦਾ, ਮੈਂ ਕਹਿੰਦਾ ਕਿਆ ਹੀ ਬਾਤਾਂ ਨੇ। ਤੇ ਬੜਾ ਇੰਜੋਇਮੈਂਟ ਕੀਤਾ, ਬੜਾ ਕੁਛ ਖਾਣ ਨੂੰ ਮਿਲਿਆ, ਬੜਾ ਘਰੇ ਵੀ ਕੁਛ ਪਕਾਇਆ ਅਸੀਂ, ਬਾਹਰੋਂ ਵੀ ਲੈ ਕੇ ਆਏ ਬਾਜ਼ਾਰ 'ਚੋਂ, ਮਤਲਬ ਬਹੁਤ ਕੁਛ ਖਾਣ ਪੀਣ ਨੂੰ ਮਿਲਿਆ, ਪਟਾਕੇ ਚਲਾਏ ਫੁੱਲ, ਮਤਲਬ ਨਜ਼ਾਰੇ ਕੀਤੇ, ਕਿਆ ਬਾਤਾਂ ਨੇ। ਅਤੇ ਅੱਜ ਆਪਣਾ ਕੀ ਸੀਨ ਹੈਗਾ? ਅੱਜ ਆਪਾਂ ਲਗਭਗ ਘਰ ਹੈਗੇ ਹਾਂ, ਬਟ ਦੇਖਦੇ ਹਾਂ, ਮਤਲਬ ਅਜੇ ਕਨਫਰਮ ਨਹੀਂ ਹੈ ਪੂਰਾ ਕਿ ਕਿਸੇ ਸਾਈਡ ਜਾਵਾਂਗੇ ਜਾਂ ਨਹੀਂ ਜਾਵਾਂਗੇ। ਥੋੜ੍ਹਾ ਬਹੁਤ ਸਕੀਮ ਬਣ ਰਹੀ ਆ ਵੀ ਅੱਜ ਆਪਾਂ ਜਾਵਾਂਗੇ ਕਿਸੇ ਪਾਸੇ, ਘੁੰਮ ਕੇ ਆਵਾਂਗੇ ਜ਼ਰੂਰ, ਅਤੇ ਤੁਹਾਨੂੰ ਵੀ ਘੁੰਮਾ ਕੇ ਲਿਆਵਾਂਗੇ, ਅਸੀਂ ਵੀ ਘੁੰਮ ਕੇ ਆਵਾਂਗੇ, ਸਾਰਾ ਕੁਛ ਕਰਕੇ ਆਵਾਂਗੇ। ਬਟ ਉਹ ਤੋਂ ਪਹਿਲਾਂ ਹੁਣ ਆਪਾਂ ਨਹਾਉਂਦੇ ਹਾਂ ਕਿਉਂਕਿ ਸਕੀਮ ਬਣ ਰਹੀ ਜਾਣ ਦੀ ਕਿਸੇ ਪਾਸੇ ਨੂੰ, ਅਤੇ ਆਪਾਂ ਇੱਕ ਵਾਰੀ ਟੈਂਕੀ ਫੁੱਲ ਕਰ ਲਈਏ, ਖਾਲੀ ਹੋਈ ਹੋਈ ਸੀਗੀ, ਅਤੇ ਉਦੋਂ ਬਸ ਨਹਾ ਕੇ ਅਤੇ ਫਿਰ ਆਪਾਂ ਚੱਲਾਂਗੇ ਕਿਸੇ ਪਾਸੇ, ਤੁਹਾਨੂੰ ਘੁੰਮਾ ਕੇ ਲਿਆਵਾਂਗੇ, ਨਾਲੇ ਅਸੀਂ ਘੁੰਮ ਕੇ ਆਵਾਂਗੇ, ਨਾਲੇ ਆਪਣੀ ਗੱਡੀ ਨੂੰ ਘੁੰਮਾ ਕੇ ਲਿਆਵਾਂਗੇ, ਠੀਕ ਹੈ? ਅਤੇ ਮੰਮੀ ਹੁਣ ਥੋੜ੍ਹਾ ਜਿਹਾ ਸਾਫ਼ ਸਫਾਈ ਦਾ ਕਰੀ ਜਾਂਦੀ ਕੰਮ, ਅਤੇ ਹੁਣ ਨਹਾ ਲਈ। ਮੰਮੀ ਤੂੰ ਵੀ ਜਾਏਂਗੀ ਕਿ ਨਹਾਤੀ ਨਹੀਂ? ਨਹਾ ਵੀ ਲਈ? ਅੱਛਾ ਅੱਛਾ ਅੱਛਾ, ਬਾਕੀ ਮੰਮੀ ਤਾਂ ਨਹਾ ਲਈ, ਚਲੋ ਫਿਰ ਆਪਾਂ ਨਹਾਉਂਦੇ ਹਾਂ। ਅਤੇ ਮੈਡਮ ਜੀ ਤੁਸੀਂ ਨਹਾ ਲਏ? ਡਰ ਲੱਗਦਾ ਮੈਨੂੰ, ਫੋਨ ਚ ਪਾਤਾ, ਮੈਨੂੰ ਫੋਨ ਚ ਪਾਤਾ ਆਪਣੇ ਰੋਕੀ ਤੇ ਟਿੰਪੂ ਦੇਖ ਦੇਖ ਦੀਪਕ ਦੇਖਿਆ ਤਾਂ ਲੱਗਦਾ। ਟਿੰਪੂ ਰੋਕੀ ਗਾਈ, ਤੁਸੀਂ ਦੇਖਦੇ ਹੋਗੇ ਵੀ ਅੱਜ ਮੈਂ ਕੰਬਲ ਲਿੱਤਾ ਹੋਇਆ, ਕੰਬਲ ਕਿਉਂ ਲਿੱਤਾ? ਠੰਡ ਤਾਂ ਹੈ ਨੀ, ਬਟ ਪਤਾ ਨੀ ਕਿਉਂ ਮੈਂ ਉਹਨੂੰ ਰਾਤੀ ਵੀ ਠੰਡ ਲੱਗਦੀ ਸੀ, ਤਾਂ ਮੈਨੂੰ ਜੁਕਾਮ ਲੱਗਾ ਹੋਇਆ ਥੋੜਾ ਜਿਹਾ, ਕੁਛ ਉਹਦੀ ਵਜ੍ਹਾ ਨਾਲ ਹੈਗਾ, ਤਾਂ ਕਰਕੇ ਮੈਂ ਕੰਬਲ ਲਿੱਤਾ ਹੋਇਆ। ਤੇ ਪਤਾ ਨੀ ਕੀ ਕਰਨਾ, ਵੈਸੇ ਠੰਡ ਵੀ ਆਈ ਜਾਂਦੀ ਆ, ਤੇ ਠੰਡ ਆਉਣ ਦੀ ਵਜ੍ਹਾ ਦਾ ਕਾਰਨ ਵੀ ਇਹ ਵੀ ਆਪਾਂ ਠੰਡ ਆਉਂਦੀ ਆ ਤੇ ਫਿਰ ਆਪਾਂ ਹੁਣ ਮੋਟੇ ਕੱਪੜੇ ਤਾਂ ਪਾਉਣੇ ਹੀ ਆ, ਤੇ ਬਟ ਜੁਕਾਮ ਲੱਗਾ ਕੁਛ ਉਹਦੀ ਵਜ੍ਹਾ ਨਾਲ ਵੀ ਹੋ ਜਾਂਦਾ ਨਾ, ਤਾਂ ਕਰਕੇ। ਤੇ ਹੁਣ ਆਪਾਂ ਨਹਾ ਕੇ ਆਉਂਦੇ ਆ, ਲੈਟਸ ਗੋ, ਠੰਡੇ ਬਣ ਜਾਓ ਯਾਰ, ਕਿਆ ਬਾਤਾਂ ਨੇ ਬੁੜੀਆਂ ਦੇ ਚੀਜ਼ਾਂ ਦੇਖੋ, ਅੱਜ ਤੋਂ ਬੰਦ ਹੁੰਦਾ ਫਿਰ ਐਵੇਂ ਖੁੱਲ ਜਾਂਦਾ, ਤੇ ਇੱਧਰ ਵਾਲਾ ਦੇਖੋ ਆ ਵੀ ਇੱਥੇ ਐਵੇਂ ਬੰਦ ਹੁੰਦਾ ਤੇ ਐਵੇਂ ਖੁੱਲਦਾ ਤੇ ਅੱਜ ਤੋਂ ਖੁੱਲਦਾ, ਉਦੋਂ ਸਾਰਾ ਬਾਤ ਕਰਕੇ ਹੋਰ ਇੱਥੋਂ ਐਵੇਂ ਤੇ ਇੱਥੋਂ ਐਵੇਂ, ਇੱਥੋਂ ਬੰਦ ਹੋ ਗਿਆ, ਠੀਕ ਆ ਵੇਖੋ ਪੂਰਾ ਬੰਦ ਹੋ ਗਿਆ, ਤੇ ਇੱਥੋਂ ਐਵੇਂ ਬੰਦ ਹੁੰਦਾ, ਇੱਥੋਂ ਐਵੇਂ ਬੰਦ ਹੁੰਦਾ, ਬੋਲੇ ਟੈਚੀ ਬਣ ਜਾਂਦੀ ਪੂਰੀ, ਵੇਖੋ ਸਰ ਯਾਰ ਕਿਆ ਬਾਤਾਂ ਨੇ, ਮਤਲਬ ਬੁੜੀਆਂ ਦੀ ਚੀਜ਼ਾਂ ਇੰਨੀ ਐਕਸਪੈਂਸਿਵ ਹੈ, ਬੰਦਿਆਂ ਵਾਸਤੇ ਕੁਛ ਨੀ, ਬਸ ਪੈਂਟ ਸ਼ਰਟ। ਚੱਲ ਦੇਖੋ ਤੁਸੀਂ ਕਿਆ ਬਾਤ ਹੈ, ਕਮੈਂਟ ਕਰਕੇ ਦੱਸਿਓ ਪਹਿਲਾਂ ਦੇਖੀ ਕਿਤੇ ਤੁਸੀਂ ਆਹ ਚੀਜ਼। ਸੋ ਗਾਈਸ ਹੁਣ ਆਪਾਂ ਰੈਡੀ ਹੋ ਚੁੱਕੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਘੁਮਾ ਕੇ ਲਿਆਉਂਦੇ ਹਾਂ, ਤੇ ਮੈਂ ਦੱਸਦਾ ਨਹੀਂ ਕਿੱਥੇ ਜਾਵਾਂਗੇ, ਬਟ ਮੈਂ ਤੁਹਾਨੂੰ ਘੁਮਾ ਕੇ ਲਿਆਉਣਾ, ਤੇ ਸੰਦੀਪ ਮੈਨੂੰ ਲੱਗਦਾ ਵੀ ਇਸ ਹਿਸਾਬ ਨਾਲ ਕਾਪੀਰਾਈਟ ਲਿਆ ਕੇ ਛੱਡੂਗਾ, ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ, ਤੁਹਾਨੂੰ ਘੁਮਾ ਕੇ ਲਿਆਉਣੇ, ਕਿੱਥੇ ਚੱਲੇ ਆਪਾਂ ਦੱਸਦੇ ਨੀਗੇ, ਠੀਕ ਆ? ਤੇ ਅਸੀਂ ਸਾਰੇ ਜਣੇ ਜਾਵਾਂਗੇ, ਤੇ ਸੰਦੀਪ ਨੇ ਵੀ ਬਿਲਕੁਲ ਰੈਡੀ ਕਰਤੀ ਗੱਡੀ, ਤੇ ਮੈਨੂੰ ਲੱਗਦਾ ਇੰਜਣ ਜਾਂਦਾ ਨੀ ਖੋਲਤਿਆ ਦਾ ਕਿਤੇ, ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾਉਣਾ ਹੋਰ, ਆਪਣੀ ਗੱਡੀ ਦੇ ਵਿੱਚ ਨਾ ਸੈਂਪੂ ਨਹੀਂ ਪਾਇਆ ਹੋਇਆ, ਕੈਮਰਾ ਫੜੀ ਦੋ ਮਿੰਟ, ਤੇ ਨਹੀਂ ਮੈਂ ਨਾ ਕੈਮਰਾ ਮੈਨ ਸੇ ਗੁਜ਼ਾਰਿਸ਼ ਕਰੂੰਗਾ ਕਿ ਆਪ ਦੋ ਮਿੰਟ ਕੈਮਰਾ ਪਕੜੇ। ਹਾਂ ਹਾਂ ਜ਼ਰੂਰ, ਤੋ ਇਸ ਮੈਂ ਜੋ ਸੈਂਪੂ ਹੈ ਹਮ ਨਾ ਇਸਕੋ ਡਾਲ ਕੇ ਦਿਖਾਏਂਗੇ, ਤੋ ਐਸੇ ਇਸਕੇ ਅੰਦਰ ਡਾਲਾ ਜਾਤਾ ਹੈ, ਤਾਂ ਬਹੁਤ ਹੀ ਬੜੇ ਦੁਬਈ ਸੇ ਆਏ ਹੋਏ ਮਕੈਨਿਕ ਹੈ, ਬਹੁਤ ਹੀ ਬੜੇ, ਪਹਿਲੇ ਹਮੇ ਯੇ ਦੋ ਟਾਂਗੋ ਵਾਲੀ ਕੈਂਚੀ ਲੇਂਗੇ, ਇਸਕੀ ਦੋ ਟਾਂਗੇ ਹੈ, ਯੇ ਐਸੇ ਬੰਦ ਔਰ ਖੁੱਲੀ ਹੋਤੀ ਹੈ, ਤੋ ਇਸਕੋ ਯੇ ਜੋ ਸੈਂਪੂ ਹੈ ਨਾ ਹਮਾਰਾ, ਯੇ ਕਿਸ ਕੰਪਨੀ ਕਾ ਹੈ, ਅਰੇ ਯਾਰ ਇਸ ਕੰਪਨੀ ਕਾ, ਠੀਕ ਹੈ, ਜੋ ਵੀ ਆਪ ਪੜ੍ਹ ਲਈ ਹੈ ਨਾ, ਮੈਂ ਕੰਪਨੀ ਪੜ੍ਹ ਲਈ, ਇਸਕੋ ਇਸਕੋ ਐਸੇ ਖੋਲਤੇ ਹੈ, ਓ
तो इसको देखो आप, इसके अंदर शैम्पू है, देख सकते हो आप। अरे इनको नहीं दिखने वाला रे। तो इसको ऐसे डालते हैं इस तरह से, कुछ भर दे सारी, आप देख सकते हैं इस तरह से इसको शैम्पू में डाल के पानी डाल। तो भाई लो, इसके अंदर पानी डालना पड़ेगा। तो भी इसको रेडी करते हैं और फिर अपने यहाँ से चलते हैं। और तो इसको नीचे फेंकेंगे, और नीचे थोड़ी फेंकेंगे, इसको नीचे लगाएंगे फिर चलेंगे। पानी तो पहले पानी 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 कहाँ पे है, गर्म है। तो गाइस अपने पानी ले आए, तो इसके अंदर ऐसे देखो पानी डालना है, तो कुछ इस प्रकार से। तो अब ये फुल हो चुकी है, अब रेडी है ये। 50 रुपए काटने चाहिए इस ओवर एक्टिंग के। 50 रुपए के काय के? अरे अपने, मैंने जो एक्टिंग की है ना, ऐसी कोई भी नहीं कर सकता, ऐसी एक्टिंग कोई नहीं कर सकता जो मैंने करी है। आ देखा, तार ना मुड़गी है, पता नहीं वजन ना मुड़गी क्या है, मुड़गी खिंची। तो गाइस अपने आपको लेके चलते हैं, तो वहां पे मिलते हैं, बाय। तो गाइस हुण आपां कुंपली पहुंच गए, मामा जी हुणां मिल के फिर चलांगे। और की हाल भाई? फिर चलांगे नूपगढ़। गाइस हुण आपां आए सी मामा जी दे घरे, इत्थे चलदे आ नूपगढ़। घर हैगा पिछे, आ छोटे मामा जी दा घर आ, ते ओह जिहड़ा परले मैनूं दिखदा ओह वड्डे मामा जी दा घर आ। ते हुण आपां रोटी वगैरह खा ली, सारा कुछ हो गया, ते हुण आपां चलदे आ अनूपगढ़। ते टाइम काफी लग जाणा, क्योंकि 2:30 तां सानूं इत्थे ही वज गए, बट कोई गल नहीं, हुण आपां चलदे आ। चलो फिर रेडी हो जाओ। फिर चीज आ तो देखो, फिर गर्मी बड़ी है अंदरों। हुण आपां चलदे आ, चलदे 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 अनूपगढ़। चल खोलता दे गुरु, हुण एक अंदर बड़ी बहुत ज्यादा गर्मी खड़ी है। मामा जी दे लड़के दा फार्म हाउस हैगा इत्थे बनाया है। फार्म हाउस ते आए तुहानूं दिखाउणे की गल बात है जी। फार्म हाउस दी पहला तुसीं मेन चीज देखो भी, इह बूटा हैगा पता नहीं कहदा, बट इहदे देखो उत्तों लै के पूरे सारे पासिआं पूरी बेल ने कब्जा कर रख्या। ते सारे पासे इधर भी देखो, इधर तक ऐ पूरी फैली हुई है, पता नहीं इहदा कोई तुक हैगा कि नहीं। बेचारे दरख्त नूं तां भार मार रख्या। उत्ते देखो लाइट वाली तारां दे कोल दी जुमा है ना, ते डाणे डूणे तां बुरा हाल आ। आ दे ਉਹ ਲੱਗਿਆ, ਤੁਸੀਂ ਕਮੈਂਟ ਕਰਕੇ ਦੱਸਣਾ ਵੀ ਆ ਕੀ ਚੀਜ਼ ਹੈਗੀ ਆ। ਉਹ ਅੰਨੇ ਨੂੰ ਵੀ ਪਤਾ ਹੈ ਆ ਰਹੇਗਾ? ਨਹੀਂ ਨਹੀਂ, ਕਈਆਂ ਨੂੰ ਨਹੀਂ ਪਤਾ ਹੁੰਦਾ। ਆ ਵੇਖੋ, ਆ ਗੁਲਾਬ ਲੱਗੇ, ਗੁਲਾਬ ਦਾ ਫੁੱਲ ਲੱਗਿਆ ਹੋਇਆ, ਅੰਬ ਦਾ ਬੂਟਾ ਲੱਗਿਆ ਹੋਇਆ। ਅੰਬ ਦਾ ਬੂਟਾ ਨਹੀਂ ਹੈ ਇਹ, ਹਨਾ? ਕਿਹੜਾ ਬੂਟਾ? ਕਿਹੜਾ? ਆਹ ਉਹੀ ਹੈ। ਹਾਂ ਜਾਮਣ ਹੋ ਸਕਦਾ ਨਾ, ਜਾਮਣ ਦੇ ਵੀ। ਅੱਛਾ, ਵੇਖੋ ਕਿਆ ਗੱਲ ਬਾਤ ਹੈ, ਪੂਰਾ ਸਾਰੇ ਪਾਸੇ ਘਾਹੀ ਘਾਹ ਕੀਤਾ ਪਿਆ। ਤੇ ਆਹ ਬੈਂਗਣ ਹੈਗੇ, ਇਹ ਨਵੀਂ ਵਰਾਇਟੀ ਲੱਗੀ, ਦੇਖੋ ਸੁੱਕੜੇ ਪਏ ਵਿਚਾਰੇ। ਕਰੋਨਾ ਦੀ ਮਾਰ ਪੈ ਗਈ ਸਾਰਿਆਂ ਨੂੰ ਨਾ। ਉਹ ਤੁਲਸੀ ਨੀ ਕੇ ਕੀ ਹੈਗਾ ਤਾਂ ਵੇਖੋ ਤੁਸੀਂ, ਸਾਰੇ ਪਾਸੇ ਲੱਗੇ ਹੋਏ ਨਾਰ ਨਾਰ। ਘਰੇ ਪਛਾਣਨਾ ਨੀ ਕਿਸੇ ਨੇ, ਮੇਰਾ ਤਾਂ ਫੇਸ ਲੋਕ ਲੱਗਾ ਹੋਇਆ ਫੋਨ ਤੇ, ਖੁੱਲਣਾ ਨੀ ਬਾਅਦ ਚੋ ਜੇ ਖਾ ਗਈਆਂ ਤਾਂ। ਸਾਡੇ ਮਹਾਂਪੁਰਸ਼ ਹੈਗੇ, ਉਹਨਾਂ ਦੀ ਮਤਲਬ ਟਿਕਟ ਕੱਟਦੇ 10 ਰੁਪਏ ਜਾਂ 20 ਰੁਪਏ ਜਿੰਨੇ ਵੀ ਇਹੀ ਕੱਟਦੇ ਹੈਗੇ ਆ। ਵੀ ਤੁਸੀਂ ਇਹਨਾਂ ਦਾ ਸ਼ਕਲ ਦੇਖ ਲਓ, ਬਾਅਦ ਚ ਤੁਸੀਂ ਕਦੇ ਇੱਥੇ ਆਉਣਾ ਹੋਵੇ ਫਾਰਮ ਹਾਊਸ ਨੂੰ ਦੇਖਣ ਵਾਸਤੇ, ਤੇ ਹਾਂ ਆ ਵੇਖੋ ਸਾਰੇ ਸੰਗਤ ਆਉਂਦੀ ਇੱਥੇ।
ਮਤਲਬ ਬਹੁਤ ਸੰਗਤ ਆਉਂਦੀ ਆ ਤੇ ਆਹ ਬੰਦੇ ਨਾਲ ਤੁਸੀਂ ਮਤਲਬ ਜੇ ਸਾਡੇ ਤਰਫ ਤੋਂ ਆਓਗੇ ਤੇ ਅਸੀਂ ਤੁਹਾਨੂੰ ਮਤਲਬ ਕਿ ਫ੍ਰੀ ਨੀ ਅਸੀਂ ਤੁਹਾਨੂੰ ਡਿਸਕਾਊਂਟ ਦਵਾਵਾਂਗੇ ਠੀਕ ਆ ਸੰਦੀਪ ਆ ਪਟਾਕਾ ਚੱਕ ਗਰੀਬ ਮਾਰ ਨੀ ਕਰਨੀ ਆਪਾਂ ਸਹੀ ਕੰਮ ਆਊਗਾ ਹਾਂ ਠੀਕ ਆ ਇਸ ਬੰਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹ ਬੰਦਾ ਤੁਹਾਨੂੰ ਸਾਡੇ ਤੋਂ ਪਹਿਲਾਂ ਜਿੰਨਾ ਡਿਸਕਾਊਂਟ ਹੋ ਸਕੇ ਉਨਾ ਕਰੂਗਾ ਕਿਉਂਕਿ ਤੁਸੀਂ ਜਦੋਂ ਘੁੰਮ ਕੇ ਜਾਣਾ ਫਿਰ ਤੁਹਾਨੂੰ ਮਤਲਬ ਤੁਹਾਨੂੰ ਡਿਸਕਾਊਂਟ ਵੀ ਚਾਹੀਦਾ ਸਾਡੇ ਵੱਲੋਂ ਤੇ ਇਹ ਵੀ ਜ਼ਰੂਰੀ ਹੈਗਾ ਡਿਸਕਾਊਂਟ ਹੋਣਾ ਵੀ ਦਿਲ ਛਾਪ ਤੇ ਸਾਰੇ ਪਾਸੇ ਤੇ ਬੇਟਾ ਆਪਕਾ ਕਿਆ ਨਾਮ ਹੈ ਆਪਕਾ ਨਾਮ ਕਿਆ ਹੈ ਬੇਟਾ ਤਾਂ ਭੱਜ ਗਿਆ ਤੇ ਚਲੋ ਹੁਣ ਆਪਾਂ ਚੱਲਦੇ ਰੈਡੀ ਹੋ ਗਏ ਲੱਗਦਾ ਆਹ ਮੰਮੀ ਦਾ ਘਰ ਦੇਖੋ ਆਹ ਆਪਣਾ ਘਰ ਥੋੜਾ ਪ੍ਰਾਤਨ ਲੱਗਦਾ ਤੇਰੇ ਆਪਣੇ ਹੀ ਘਰ ਆ ਕਿੰਨੀ ਕੁ ਦੇ ਰਹੀ ਹੈਂ ਜੀ ਚੱਲ ਬਸ ਗਾਇਸ ਮੈਂ ਤੁਹਾਨੂੰ ਗੱਲ ਦਿਖਾਵਾਂ ਮਤਲਬ ਜਵਾਕਾਂ ਨੇ ਇੱਥੇ ਕਲਾਕਾਰੀ ਕੀਤੀ ਹੋਈ ਹੈ ਪੱਤੇ ਕਢਾਈ ਸੀ ਦੇਖੋ ਮਤਲਬ ਕਾਫੀ ਚੀਜ਼ਾਂ ਮੈਂ ਹੁਣ ਰਿਮੂਵ ਕਰਤੀਆਂ ਇੱਥੋਂ ਤੇ ਜਵਾਕਾਂ ਨੇ ਮਤਲਬ ਨਾਮ ਨੂਮ ਕੀ ਦਿਲ ਦੁਲ ਕੀ ਪੂਰਾ ਸ਼ੋਪ ਸਫਾਈ ਪੂਰੀ ਕਰਤੀ ਸੀਗੀ ਮਤਲਬ ਪੂਰਾ ਕਰਤਾ ਸੀਗਾ ਹੁਣ ਮੈਂ ਥੋੜ੍ਹਾ ਕਲੀਨ ਕਰਾਂ ਹੁਣ ਹੋਰ ਕਲੀਨ ਕਰਦੇ ਮੈਂ ਕਿਹਾ ਤੁਹਾਨੂੰ ਦਿਖਾਉਂਦੇ ਹਾਂ ਮਤਲਬ ਬਹੁਤ ਵੱਡੇ ਵੱਡੇ ਕਲਾਕਾਰ ਹੈਗੇ ਸੋ ਗਾਈਸ ਹੁਣ ਆਪਾਂ ਮਾਮਾ ਜੀ ਦੇ ਕੋਲ ਇੱਥੇ ਘੁੰਮ ਕੇ ਆ ਗਏ ਤੇ ਲਗਭਗ ਫ੍ਰੀ ਹੋ ਗਏ ਆਪਾਂ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਤੇ ਕਾਫੀ ਟਾਈਮ ਹੋ ਗਿਆ ਲਗਭਗ 6 ਵਜੇ ਚੱਲੇ ਆ ਬਟ ਕੋਈ ਗੱਲ ਨਹੀਂ ਤੁਸੀਂ ਅੱਗੇ ਵੇਖੋ ਕਾਫੀ ਹਨੇਰਾ ਹੋਣ ਵਾਲਾ ਤੇ ਸੂਰਜ ਦੇਵਤਾ ਵੀ ਮਤਲਬ ਘਰੇ ਜਾਣ ਵਾਲੇ ਆਪਦੀ ਡਿਊਟੀ ਤੋਂ ਫ੍ਰੀ ਹੋ ਗਏ ਸੂਰਜ ਦੇਵਤਾ ਜਿਹੜੀ ਡਿਊਟੀ ਸੀ ਹੁਣ ਫ੍ਰੀ ਹੋ ਗਈ ਹੁਣ ਉਹ ਘਰੇ ਜਾਣਗੇ ਰੈਸਟ ਕਰਨਗੇ ਰਾਤ ਰਾਤ ਸਵੇਰੇ ਆਉਣਗੇ ਵਾਪਿਸ ਤਾਂ ਹੁਣ ਆਪਾਂ ਘਰੇ ਚੱਲਦੇ ਕਾਫੀ ਲੇਟ ਹੋ ਚੱਲੇ ਆ ਸੋ ਗਾਈਸ ਅਸੀਂ ਹੁਣ ਜਾਂਦੇ ਸੀਗੇ ਆਪਣੇ ਰੂਪਗੜ੍ਹ ਤੋਂ ਰਾਮ ਸਿੰਘਪੁਰ ਤੇ ਇੱਕ ਬੱਸ ਦੇਖੀ ਇੱਥੇ ਐਕਸੀਡੈਂਟ ਹੋਈ ਮਤਲਬ ਚੋਰੀ ਹੋਈ ਸੋਰੀ ਐਕਸੀਡੈਂਟ ਨੀ ਮਤਲਬ ਚੋਰ ਨਾ ਭਜਾ ਕੇ ਲੈ ਗਏ ਇੱਥੋਂ ਡਿਪੋ ਦੇ ਵਿੱਚੋਂ ਬੱਸ ਤੇ ਬੱਸ ਨੇ ਦੇਖੋ ਸਾਰਾ ਡਿਵਾਈਡਰ ਜਾ ਤੋੜ ਕੇ ਤੇ ਇਧਰ ਪੂਰੀ ਅੰਦਰ ਚਲੇ ਗਈ ਮਤਲਬ ਤੁਸੀਂ ਹਾਲਤ ਦੇਖੋ ਮਤਲਬ ਬੱਸ ਦਾ ਜਿਹੜਾ ਅਗਲਾ ਹਿੱਸਾ ਨਾ ਅਗਲਾ ਹਿੱਸਾ ਉਹਦਾ ਅਗਲੇ ਟਾਇਰ ਹੁੰਦੇ ਆ ਉਹ ਵੇਖ ਲਓ ਇੱਥੇ ਆ ਗਏ ਮਤਲਬ ਇੰਨੀ ਜ਼ਬਰਦਸਤ ਸਪੀਡ ਨਾਲ ਇਹ ਠੁੱਕੀ ਬੱਸ ਤੇਲ ਦੇ ਤੇ ਓ ਮੈਨ ਮੈਨ ਇਸ ਕੇ ਉੱਪਰ ਖੜ ਸਕਤੇ ਹੈ ਮੈਨ ਤੇ ਵੇਖੋ ਕਿੰਨਾ ਜ਼ਬਰਦਸਤ ਐਕਸੀਡੈਂਟ ਹੋਇਆ ਸਾਰਾ ਇੱਥੋਂ ਆ ਤੋੜ ਭੰਨ ਕੇ ਤੇ ਚਲੇ ਗਈ ਪਰਲੀ ਸਾਈਡ ਜਾ ਕੇ ਦੇਖੀਏ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਤੇ ਤੁਸੀਂ ਦੇਖ ਸਕਦੇ ਕਿੰਨਾ ਮਤਲਬ ਗਲਤ ਜਿਹਾ ਹੋਇਆ ਹੈ ਵੇਖੋ ਕੀ ਗੱਲਬਾਤ ਆ ਕਿਆ ਹੀ ਬਾਤਾਂ ਨੇ ਕਿਸੇ ਨੇ ਸ਼ਾਇਦ ਤੱਕ ਕੋਈ ਹੋਊਗਾ ਬਟ ਮੈਨੂੰ ਵੀ ਨਹੀਂ ਪਤਾ ਇਹ ਕਿਉਂ ਹੋਇਆ ਕਿਆ ਹੀ ਬਾਤਾਂ ਨੇ ਵਾਹ ਕਿਆ ਹੀ ਬਾਤਾਂ ਨੇ ਲਸਣ ਚਲੇ ਜਾਂਦੇ ਲਸਣ ਛੀਲ ਦੋ ਇੱਕ ਨਾ ਹੂੰ ਮੈਂ ਵਿਹਲਾ ਆਪਾਂ ਬਾਖੀ ਮਾਰਨੀ ਹੈ ਤੁਸੀਂ ਵਿਹਲਾ ਤੂੰ ਬੰਦੋ ਵੇਖੋ ਜੇ ਵਿਹਲੋ ਬੰਦੋ ਨੀ ਬਿੰਗੋ ਟਾਈਮ ਮੇਰੇ ਤੋਂ ਇਹ ਵੀ ਟਾਈਮ ਪਾਸ ਹੋਇਆ ਕੋਈ ਆਪਣੇ ਤੋਂ ਸਹੀ ਬਾਤ ਕਿਹੜੀ ਆਪਾਂ ਕੀ ਹੈ ਦੋ ਮਿੰਟ ਲਾ ਕੇ ਨਹੀਂ ਸਲਾਹ ਦਿਆ ਦੋ ਮਿੰਟ ਲਾ ਕੇ ਆਟੋ ਗੁੰਦੇ ਸਿਆ ਦੋ ਮਿੰਟ ਲਾ ਕੇ ਰੋਟੀ ਪਕਾ ਦਿਆ ਵਿਹਲਾ ਬੈਠੇ ਬੰਦੋ ਆਪਾਂ ਵੀ ਰਾਜੀ ਯਾਰ ਗਰਗਾ ਵੀ ਰਾਜੀ ਕਦੋ ਨੀ ਹੈ ਮੈਨੂੰ 4 ਲੱਖ ਨਹੀਂ ਕੀ ਹੈ ਜੇ ਬੰਦੋ ਵਿਹਲੋ ਮੈਂ ਤਾਂ ਗਾਇੰਗ ਪੁੱਟ ਰੇਟ ਦੇ ਭਾਈ ਹੈ ਸੋ ਗਾਈਸ ਹੁਣ ਆਪਾਂ ਰਾਮ ਸਿੰਘਪੁਰ ਸਮਾਨ ਵਗੈਰਾ ਲੈ ਕੇ ਨੂਪਕੜੋ ਸਾਰਾ ਕੁਛ ਘੁੰਮ ਘੁਮਾ ਕੇ ਹੁਣ ਆਪਾਂ ਘਰੇ ਪਹੁੰਚੇ ਸੀ ਬਹੁਤ ਜ਼ਿਆਦਾ ਥੱਕ ਗਏ ਕਿਉਂਕਿ ਸਾਰੀ ਦਿਹਾੜੀ ਅੱਜ ਗੱਡੀ ਡਰਾਈਵ ਕਰਨੀ ਪਈ ਬਸ ਬੁਰਾ ਹਾਲ ਸੜਕ ਟੁੱਟੀ ਹੋਈ ਆ ਕਦੇ ਗੇਅਰ ਲਾਓ ਕਲੱਚ ਨੱਪੋ ਯੇ ਕਰੋ ਵੋ ਕਰੋ ਬਸ ਥੱਕ ਗਏ ਬੁਰਾ ਹਾਲ ਹੁਣ ਤਾਂ ਬਸ ਜੀ ਕਰਦਾ ਵੀ ਸੌਂ ਜਾਈਏ ਪਰ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਰਸਤੇ ਵਿੱਚ ਕਿਉਂਕਿ ਰਾਹ ਸੜਕ ਟੁੱਟੀ ਸੀ ਤਾਂ ਕਰਕੇ ਬਟ ਕੋਈ ਗੱਲ ਨਹੀਂ ਸੋ ਆਪਣੀ ਅੱਜ ਜਰਨਿੰਗ ਬਹੁਤ ਵਧੀਆ ਰਹੀ ਤੇ ਬਹੁਤ ਵਧੀਆ ਘੁੰਮ ਕੇ ਆਏ ਤੇ ਹੁਣ ਆਪਾਂ ਇਸ ਵਲੋਗ ਦੀ ਐਂਡਿੰਗ ਕਰਦੇ ਹਾਂ ਆਈ ਹੋਪ ਤੁਹਾਨੂੰ ਇਹ ਵਲੋਗ ਚੰਗਾ ਲੱਗਿਆ ਹੋਊਗਾ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਕਰ ਦੇਣਾ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਸੋ ਆਪਾਂ ਮਿਲਦੇ ਹਾਂ ਇੱਕ ਹੋਰ ਘੈਂਟ ਜੀ ਵੀਡੀਓ ਨਾਲ ਬਾਏ ਬਾਏ।